होला महला मुसलमान वालों सारे सिखां नूं होले महल्ले दियां वधाइयां होण। अज आपां होले महल्ले दे विच शामिल होवांगे, देखांगे कि सिख लोग होला महला किस तरह मनाउंदे आ। ऐसा जोश है, ऐसा जज्बा। अज तुसीं वीडियो देखोगे तो तुहानूं जोश ते जज्बा आएगा। वट्सअप आउंदे आ, इंस्टाग्राम आउंदे आ, फेसबुक आउंदे आ। फेसबुक ते मेरे पेज नूं लाइक करो, वट्सअप ते मैनूं मजीद इदां दियां वीडियो सैंड करो। 100 वीडियो स्टार्ट करिए। गो धन धन साहब श्री गुरु गोबिंद सिंह पातशाह जी दे मन नूं भावे सो निहाल हो जावे। जोश ते जज्बा देखो। परछा टाल कटारा तेगा कड़छा देगा गोला है, छका प्रसाद सजा दस्तार और करदोना टोला है। सुबत सुचाला और लखबाहा कलगा सिंह सु चोला है। ऊपर मुछेरा दाड़ा जैसे तैसे बोला होला है। जगदी होली संग ते गुर सिखां मनाया होला। न्याणियां लई मेला पंजाबियां दा पावन दिन ते निहंगा लई होला महला। होला महला तो भाव है बनावटी हमला। शस्त्रां नाल सजे निहंग जोश नाल भरिया शरीर ते सच्चे पातशाह दी रजा च राजी रूह ते होला महला दा दिन। ਵੇਖੀ ਦਾ ਤੇਰੇ ਇਤਿਹਾਸ ਵੱਲੇ ਵੱਖ ਜਿਉਣ ਤੇ ਮਰਨ ਦਾ ਢੰਗ ਤੇਰਾ ਮੈਂ ਕੇ ਸਿਦਕ ਦੀ ਭੱਠੀ ਵਿੱਚ ਸੂਰ ਵੀਰਾ ਸਗੋ ਹੋਰ ਹੋਇਆ ਗੂੜਾ ਰੰਗ ਤੇਰਾ ਹੋ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਤੂੰ ਖੂਨ ਵਾਂਗ ਦਰਿਆਵਾਂ ਦੇ ਰੋੜ ਦਾਏ ਲੋਕੀ ਜ਼ਿੰਦਗੀ ਲੋੜ ਦੇ ਜ਼ਿੰਦਗੀ ਚੋ ਪਰ ਤੂੰ ਮੌਤ ਚੋ ਜ਼ਿੰਦਗੀ ਲੋੜ ਦਾਏ। ਜਦ ਨੀਲੇ ਬਾਣਿਆਂ ਚ ਸੱਜੇ ਇਹ ਨਿਹੰਗ ਸਿੰਘ ਆਪਣੇ ਕਮਾਲ ਦੇ ਜੋਹਰ ਦਾ ਪ੍ਰਦਰਸ਼ਨ ਕਰਦੇ ਨੇ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪੂਰੇ ਭਾਰਤ ਤੋਂ ਪੁੱਜੇ ਹੋਏ ਸ਼ਰਧਾਲੂ ਤੇ ਨਿਹੰਗ ਸਿੰਘਾਂ ਦੇ ਨਾਲ ਭਰੀਆਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਸੜਕਾਂ। ਇਸ ਸਾਲ ਦਾ ਹੋਲਾ ਮਹੱਲਾ ਥੋੜ੍ਹਾ ਖਾਸ ਸੀ ਕਿਉਂਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਰਕੇ ਆਮ ਲੋਕ ਇਸ ਮੇਲੇ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਸੋ ਇਸ ਸਾਲ ਹਰ ਕਿਸੇ ਦੇ ਮਨ 'ਚ ਦੁੱਗਣਾ ਹਰਸ਼ੋ ਉਲਾਸ ਸੀ, ਦੁੱਗਣੀ ਖੁਸ਼ੀ ਸੀ ਤੇ ਦੁੱਗਣਾ ਚਾਅ ਸੀ। ਹੋਲਾ ਮਹੱਲਾ ਦੇਖਣ ਹਰ ਸਾਲ ਬਹੁਤ ਸਾਰੇ ਸ਼ਰਧਾਲੂ ਆਉਂਦੇ ਨੇ ਤੇ ਹਰ ਸਾਲ ਨਿਹੰਗਾਂ ਤੇ ਨਿਗਾਹ ਹਰ ਕਿਸੇ ਦੀ ਜਾਂਦੀ ਹੈ, ਪਰ ਇਹਨਾਂ ਬਾਰੇ ਜਾਣਕਾਰੀ ਵਿਰਲਿਆਂ ਨੂੰ ਹੀ ਹੁੰਦੀ ਹੈ। ਸੋ ਆਓ ਤੁਹਾਡੀ ਜਾਣਕਾਰੀ 'ਚ ਵਾਧਾ ਪਾਈਏ ਤੇ ਗੁਰੂ ਕੀ ਲਾਡਲੀਆਂ ਫੌਜਾਂ ਨਾਲ ਮਿਲਵਾਈਏ। ਨਿਹੰਗ ਦਾ ਮਤਲਬ ਹੁੰਦਾ ਹੈਗਾ ਖਾਲਸਾ ਸੱਦਾ, ਗੁਰੂ ਕੀ ਲਾਡਲੀ ਫੌਜ। ਕਿਸੇ ਦਾ ਭੈਚ ਨਹੀਂ, ਕਿਸੇ ਦਾ ਡਰ 'ਚ ਨਹੀਂ। ਇਹ ਅਕਾਲ ਪੁਰਖ ਦੀ ਰਜਾਇਤ ਚੱਲਦਾ ਨਿਹੰਗ ਸਿੰਘ ਹੈ ਜਿਹੜਾ, ਇਹਨੂੰ ਕਿਸੇ ਦਾ ਭੈ ਨਹੀਂ ਨਾ ਹੀ ਕਿਸੇ ਦਾ ਡਰ ਹੈ। ਇਹ ਆਪਦੀ ਮਸਤੀ ਚੱਕਰਵਰਤੀ ਵਿਚਰਦਾ ਖਾਲਸਾ, ਆਪਣੇ ਵੱਲੋਂ ਲੰਗਰ ਤਾਉਣਾ, ਆਪਣਾ ਸਭ ਕੁਝ ਕਰਨਾ, ਆਪਣੇ ਰਾਖੀ ਸਾਹਮਣੇ ਔਰ ਚੱਕਰਵਰਤੀ ਵਿਚਣਾ, ਗੁਰੂ ਦੇ ਬਾਣੇ ਬਣ ਕੇ ਧਾਰ ਨਹੀਂ ਲੈਣਾ। ਇਹੋ ਖਾਲਸਾ ਨਿਹੰਗ ਸਿੰਘ ਦਾ ਆਦਰ ਹੈ, ਗਊ ਗਈ ਦੀ ਰੱਖਿਆ ਕਰਨਾ। ਅਤੇ ਅਸੀਂ ਕਿਸੇ ਦੇ ਥੱਲੇ ਨਹੀਂ ਚੱਲਦੇ, ਨਾ ਹੀ ਕਿਸੇ ਦੇ ਆਡਰ 'ਤੇ ਹੈ। ਜਿਹੜੇ ਪਹਿਲਾਂ ਸਿੰਘਾਂ 'ਚ ਜੰਗਲਾਂ 'ਚ ਰਹਿੰਦੇ ਨੇ ਸਿੰਘ, ਉਹ ਪਹਿਲਾਂ ਆਮ ਵਰਤਣ ਲੱਗ ਗਏ ਸਨ। ਅਤੇ ਬਾਬਾ ਅਮ੍ਰਿਤ ਸਿੰਘ ਜੀ ਝੂਰਸਾ ਵਾਲੇ ਵਾਲੇ, ਫਿਰ ਉਹਨਾਂ ਨੇ ਮਰਜ਼ਾਦਾ ਨਿਹੰਗ ਸਿੰਘਾਂ 'ਚ ਕਾਇਮ ਕੀਤੀ ਹੈ ਲੋਹੇ ਦੇ ਬਰਤਨਾਂ ਦੀ। ਇਸੇ ਕਰਕੇ ਸਿੰਘ ਲੋਹੇ ਦੇ ਬਰਤਨਾਂ 'ਚ ਵਰਤਦੇ ਨੇ ਸਭ ਕੁਛ, ਆਪਣਾ ਕਾਲਾ ਦਾਣਾ ਛਕਦੇ ਨੇ ਸਭ ਉਹ ਤੋਂ ਬਣਾ ਕੇ। ਹੋਲਾ ਮੁਹੱਲਾ ਦੇ ਦਿਨ ਨਿਹੰਗਾਂ ਦੇ ਜੱਥਿਆਂ ਦਾ ਨਗਰ ਕੀਰਤਨ ਸਭ ਤੋਂ ਪਹਿਲਾਂ ਸ਼੍ਰੀ ਕੇਸਗੜ੍ਹ ਸਾਹਿਬ ਪੁੱਜਿਆ ਤੇ ਉਸ ਤੋਂ ਬਾਅਦ ਆਪਣੇ ਚੰਗੀ ਜੌਹਰ ਦਿਖਾਉਣ ਦੇ ਲਈ ਚਰਨ ਗੰਗਾ ਸਟੇਡੀਅਮ ਵੱਲ ਕੂਚ ਕੀਤੀ। ਹਰ ਸਾਲ ਦੇ ਵਾਂਗੂ ਇਸ ਸਾਲ ਵੀ
स्टेडियम विच लोकां दा ठाठा मारदा इकट्ठ देखण नूं मिलिया। लखां दी दुनिया जिन्हां नूं इंतजार सी ते बस निहंग सिंघां दीआं फौजां दा ते नगाड़ियां दी चोट दे नाल गुरु की लाडलियां फौजां दे प्रवेश ने पूरे स्टेडियम च एक अलग ही जोश भर दिता। I'm South Africa. My name is J.T. Kaur. I've been in a non-crusade. I love it. I love the Punjabi culture. I came back to my roots. This is where I belong. This is where I belong. I can feel it in my blood. Special occasions. I don't wear every day. You got to wear your chola and hola mala. Why don't you get also? Kenyan de manch, nihanga nu leke bahut sare sawal ne. बहुत सारियां गलत फहमियां ने पर असल विच निहंग निमरता नाल परे ते इना दे दिल प्यार नाल परे हुंदे ने। सो जिवें आज दिनां च वेखिया जांदा निहंगा सिंघां दा प्रथम मर्यादा गुरु के घोड़ियां चढ़ना किले पुटने दो दो घोड़े भजाउणे इह महाराज ने खालसे नूं जंगी जोर बख्शे ने इह महाराज ने वचन करना कीते शस्त्र के अधीन है राज जो ना धरै तिस बिगड़ै काज। जिहड़ा शस्त्रां तों अधीन है बंदा बगैर शस्त्रां तों ਉਹਦਾ ਕਾਰਜ ਕਦੀ ਸੁੱਧ ਨਹੀਂ ਹੋ ਸਕਦਾ। ਸ਼ਸਤਰਾਂ ਦਾ ਅਦਬ ਕਰੋ ਸੈਫ ਸਰੋਹੀ ਸਹਿਤੀ ਇਹ ਹਮਾਰੇ ਪੀਰ। ਮਹਾਰਾਜ ਨੇ ਸ਼ਸਤਰਾਂ ਨੂੰ ਆਪਣੇ ਗੁਰੂ ਪੀਰ ਮੰਨਣਾ ਕਰਨਾ ਕੀਤਾ। ਇਹ ਮਹਾਰਾਜ ਨੇ ਕਿਹਾ ਸਾਡੇ ਪੀਰ ਹਨ, ਇਹਨਾਂ ਦਾ ਅਦਬ ਕਰਨਾ ਕੀਤਾ ਮਹਾਰਾਜ ਨੇ। ਗੁਰੂ ਕੀ ਇਹ ਲਾਡਲੀਆਂ ਫੌਜਾਂ ਅੱਜ ਵੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ ਤੇ ਚੱਲ ਰਹੀਆਂ ਨੇ। ਗਊ ਤੇ ਗਰੀਬ ਦੀ ਰਾਖੀ ਕਰਨਾ, ਮਾੜੇ ਵਾਸਤੇ ਢਾਲ ਬਣਨਾ ਤੇ ਜ਼ੁਲਮਾਂ ਦੇ ਖਿਲਾਫ ਖੜਨਾ ਹੁਲਾ ਮੁਹੱਲਾ ਉਤਸ਼ਾਹ ਦੇ ਨਾਲ ਸ਼ੁਰੂ ਹੋਇਆ ਤੇ ਉਤਸ਼ਾਹ ਨਾਲ ਹੀ ਇਸ ਦੀ ਸਮਾਪਤੀ ਹੋਈ। ਟਰਾਲੀਆਂ ਟਰੱਕਾਂ ਤੇ ਆਏ ਲੋਕ ਅਗਲੇ ਸਾਲ ਮੁੜ ਆਉਣ ਦੇ ਉਤਸ਼ਾਹ ਨਾਲ ਘਰਾਂ ਨੂੰ ਪਰਤ ਗਏ ਤੇ ਗੁਰੂ ਕੀ ਲਾਡਲੀਆਂ ਫੌਜਾਂ ਨੇ ਵੀ ਆਪਣੇ ਲਾਮ ਲਸ਼ਕਰ ਨਾਲ ਵਾਪਸੀ ਲਈ ਚਾਲੇ ਪਾ ਲਏ। ਹੋ ਤੇਰੇ ਭਾਈ ਕਨਈਏ ਨੇ ਦੱਸਿਆ ਏ ਜਾਤ ਪਾਤ ਦਾ ਫਰਕ ਮਟਾਈ ਜਾਣਾ ਦੁਸ਼ਮਣ ਨਾਲ ਵੀ ਦੁਸ਼ਮਣੀ ਭੁੱਲ ਕੇ ਤੇ ਪਾਣੀ ਸਭਨਾ ਦੇ ਮੁੱਖ ਵਿੱਚ ਪਾਈ ਜਾਣਾ। ਹੋਲਾ ਮਹੱਲਾ ਮੈਂ ਕਹਿੰਦਾ ਕਿ ਹੋਲਾ ਮਹੱਲਾ ਵੇਖਣ ਦਾ ਆਨੰਦ ਹੀ ਆ ਗਿਆ। ਫਿਰ ਐਸਾ ਜੋਸ਼, ਐਸਾ ਜਜ਼ਬਾ, ਵੀਡੀਓ ਮੈਂ ਦੇਖਣ ਦਿਆ ਸੀਗਾ। ਵੀਡੀਓ ਦੇਖ ਕੇ ਮੈਨੂੰ ਖੁਦ ਮਤਲਬ ਕਿ ਮੈਨੂੰ ਇੰਨਾ ਜ਼ਿਆਦਾ ਜੋਸ਼, ਇੰਨੀ ਜ਼ਿਆਦਾ ਅੰਦਰੋਂ ਇੱਕ ਫੀਲਿੰਗ ਆਉਂਦੀ ਸੀ, ਇੱਕ ਜਜ਼ਬਾ ਆਉਂਦਿਆ ਸੀਗਾ। ਅਤੇ ਜਿਹੜੇ ਸਿੱਖ ਲੋਕ ਦੇਖਦੇ ਹੋਣਗੇ, ਜਿਹੜੇ ਸਿੱਖ ਲੋਕ ਉੱਥੇ ਲੱਖਾਂ ਦੀ ਤਾਦਾਦ ਵਿੱਚ ਫਿਰ ਜਿਹੜੇ ਸਿੱਖ ਲੋਕ ਉੱਥੇ ਪਹੁੰਚਦੇ ਹੋਣਗੇ, ਉਹਨਾਂ ਦਾ ਕੀ ਜਜ਼ਬਾ, ਉਹਨਾਂ ਦਾ ਕੈਸਾ ਜਜ਼ਬਾ ਹੋਏਗਾ। ਫਿਰ ਖਾਸ ਤੌਰ 'ਤੇ ਉੱਤੇ ਨਿਹੰਗ ਸਿੰਘ, ਨਿਹੰਗ ਸਿੰਘ ਵਾਲੇ ਇੰਝ ਬੰਦਾ ਦੇਖ ਕੇ ਇੰਝ ਪੂਰੇ ਜਾਹੋ ਜਲਾਲ ਦੇ ਵਿੱਚ ਜਾਂਦੇ ਆ। ਹੈਂ, ਕੋਈ ਖਾਸ ਤੌਰ 'ਤੇ ਜਿਹੜਾ ਮੈਂ ਦੇਖਣ ਦਿਆ ਸੀ ਨਾ, ਉਹ ਘੋੜੇ ਦੇ ਉੱਤੇ ਭਜਣਾ ਯਾਰ, ਉਹ ਇੱਕ ਬੜੀ ਇੱਕ ਛੋਟੀ ਗੱਲ ਨਹੀਂ ਹੈ। ਮਤਲਬ ਕਿ ਏਡੀ ਜ਼ਿਆਦਾ ਟ੍ਰੇਨਿੰਗ ਹੁੰਦੀ ਇਹਨਾਂ ਨੂੰ, ਨਿਹੰਗ ਸਿੰਘਾਂ ਨੂੰ। ਇਹਨੂੰ ਕਹਿੰਦੇ ਆ ਗੁਰੂ ਦੀ ਲਾਡਲੀ ਫੌਜ। ਇਹੋ ਹੀ ਚੀਜ਼ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਿਖਾਈ ਹੈ ਕਿ ਤੁਸੀਂ ਹਰ ਟਾਈਮ ਤੁਸੀਂ ਤਿਆਰ ਪਰ ਤਿਆਰ ਰਹੋ, ਅੱਲਾਹ ਤਾਲਾ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਤੁਸੀਂ ਖੁਸ਼ ਰਹੋ। ਇਹੋ ਹੀ ਚੀਜ਼ ਇਸ ਵੀਡੀਓ ਦੇ ਵਿੱਚ ਦੱਸਣ ਦੇ ਸੀਗੇ ਕਿ ਲੋਕ ਅੱਛਾ ਹੁੰਦਾ ਕੀ ਹੈ, ਹੁੰਦਾ ਇਹ ਹੈ ਕਿ ਨਿਹੰਗ ਸਿੰਘਾਂ ਵੱਲ ਦੇਖ ਕੇ ਲੋਕ ਇਹਨਾਂ ਕੋਲੋਂ ਡਰਦੇ ਹੈ। ਡਰਦਾ ਉਹ ਬੰਦਾ ਵਾ ਜਿਹੜਾ ਦੋ ਨੰਬਰ ਕੰਮ ਕਰਦਾ ਵਾ, ਕਿਉਂਕਿ ਇਹ ਨਿਹੰਗ ਸਿੰਘ ਹੈ, ਇਹ ਗੁਰੂ ਦੀ ਲਾਡਲੀ ਫੌਜ ਹੈ। ਜੇ ਇਹਨਾਂ ਦੇ ਸਾਹਮਣੇ ਕੋਈ ਗਲਤ ਕੰਮ ਕਰੇਗਾ, ਕੋਈ ਬੰਦਾ ਕਿਸੇ ਦੀ ਲੜਕੀ ਨੂੰ ਜਾਂ ਕਿਸੇ ਦੇ ਨਾਲ ਕੋਈ ਅਕਲ, ਦੇਖੋ ਹੋਲੀ ਨੰਗੀ ਹੈ, ਹੈਂ, ਹੋਲੀ ਦੇ ਵਿੱਚ ਤੁਸੀਂ ਮੈਨੂੰ ਦੱਸੋ ਐਸੇ ਐਸੇ ਪੁੱਠੇ ਕੰਮ, ਕੋਈ ਮੈਂ ਇੱਥੇ ਬਿਆਨ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਪਤਾ ਨਾ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਮੈਨੂੰ ਸੁਣਨ ਦਈਆਂ ਵਾ, ਅਕਲ ਹੀ ਇਹ ਹੋਲੀ ਨੰਗੀ ਹੈ। ਮਤਲਬ ਕਿ ਐਸੀ ਬੇਹਯਾਈ, ਐਸਾ ਉਹ ਫੈਲਿਆ ਵਾ ਜਿਹਦਾ ਕੋਈ ਹਿਸਾਬ ਹੀ ਕੋਈ ਨਹੀਂ। ਔਰ ਜਿੱਥੇ ਨਿਹੰਗ ਸਿੰਘ ਹੋਣਗੇ, ਜਿੱਥੇ ਵੀ ਹੋਣਗੇ, ਭਾਵੇਂ ਹੋਲਾ ਮਹੱਲਾ ਹੋਵੇ, ਜਿੱਥੇ ਮਰਜ਼ੀ ਹੋਣ, ਜਿੱਥੇ ਨਿਹੰਗ ਸਿੰਘ ਹੋਣਗੇ ਉੱਥੇ ਕੋਈ ਬੰਦਾ ਡਰੇਗਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਨਿਹੰਗ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਦੇ ਵਿੱਚ ਪ੍ਰੈਕਟਿਸ ਹੀ ਇੱਦਾਂ ਦੀ ਦਿੱਤੀ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾਓ, ਤੁਹਾਡੇ ਹੁੰਦਿਆਂ ਕੋਈ ਜ਼ੁਲਮ ਕਰੇ, ਤੁਸੀਂ ਉਹਦੇ ਖਿਲਾਫ਼ ਜਿਹਾਦ ਕਰੋ।
जिथे लंगर की लोड़ होवे उत्थे जा के तुसी लंगर लाओ, होलियां होलियां ना मनाओ। जे अगर मनाना वै तो होला महला मनाओ। मैं तुहानू सच्ची गल दसा एक होर वीडियो देख के, तो मैं खुद उत्थे ही पहुँचया सीगा कि मैं देखन दिया सीगा। वैसे मैं चा बड़ा वे यार, मैं तुहानू सच्ची गल दसा किहड़ा दिन आवे मम्मी श्री आनंदपुर साहिब के दर्शन करा, तो जाके होले महल्ले जाके दर्शन दीदारे करा, जोश देखा, एक जज्बा देखा। अच्छा फिर एक होर मैं चीज़ देखन दिया सीगा कि बाहरों भी लोग आए है। वह गोरी सी एक, तो वह भी निहंग सिंघनी बनी सी, मतलब कि एक बंदे भी उत्थे पहुँचे है तो बुढ़िया भी उत्थे पहुँचिया। फिर ऐसा जोश ऐसा जज्बा यार, मैं कहना कि वेखन वाला गल। वीडियो बहुत ही ज़्यादा अच्छी सी, खास तौर पर मैनू तो बहुत ही ज़्यादा अच्छी लगी। सच्ची पुछो तो आनंद ही आ गया। और मैनू मेरे मुसलमान वालों सारे सिखां नूं होले महल्ले दियां मुबारकबादां हो। जो मैं अपनी मुसलमानी दे नज़र जो मैं समझना सी मैं तुहानूं दस दित्ता। बाकी तुहाडा ही ख्याल है, तुहाडी किराए तो थले कमेंट बॉक्स में लाजमी दसो। ए सी आई दी वीडियो मिलांगा तुहानूं अगली वीडियो वास्ते। इजाजत चाहुंदे आं, अल्लाह हाफिज़।